ਇਹ ਜਿਹੜਾ ਯੁਵਕ ਹੈਗਾ 29 ਸਾਲ ਦਾ ਅਦੀਲ ਨਾਮ ਦੱਸਿਆ ਜਾ ਰਿਹਾ ਵਾ, ਇਸ ਦੇ ਪਿਤਾ ਜਿਨ੍ਹਾਂ ਦਾ ਨਾਮ ਗੁਲਜ਼ਾਰ ਆ ਉਹ ਤਬਲੀਗੀ ਜਮਾਤ ਦੇ ਵਿੱਚ ਭਾਗ ਲੈ ਕੇ ਦਿੱਲੀ ਤੋਂ ਵਾਪਸ ਆਏ ਸਨ ਔਰ ਸ਼ੱਕ ਪੈਣ ਤੇ ਜਦੋਂ ਉਹਨਾਂ ਦਾ ਟੈਸਟ ਕੀਤਾ ਗਿਆ ਸੀਗਾ ਤਾਂ ਕਰੋਨਾ ਆਪਣਾ ਪੋਜ਼ਿਟਿਵ ਪਾਇਆ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਜਿਹੜੇ ਹੋਰ ਜਿਹੜੇ ਨੇੜੇ ਸੰਪਰਕ ਵਾਲੇ ਉਹਨਾਂ ਦਾ ਸਾਰਿਆਂ ਦੇ ਸੈਂਪਲ ਲਏ ਸਨ, ਪਰ ਅੱਜ ਸਭ ਤੋਂ ਪਹਿਲਾਂ ਜਿਹੜਾ ਰਿਪੋਰਟ ਦੀ ਵੇਟ ਕੀਤੀ ਜਾ ਰਹੀ ਸੀ ਉਹਨਾਂ ਦੇ ਬੇਟੇ ਦੀ ਗੁਲਜ਼ਾਰ ਦੇ, ਔਰ ਉਹਨਾਂ ਦੇ ਬੇਟੇ ਦੀ ਜਿਹੜੀ ਅੱਜ ਰਿਪੋਰਟ ਆਈ ਆ ਉਹ ਕਰੋਨਾ ਪੋਜ਼ਿਟਿਵ ਆਈ ਆ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ 29 ਸਾਲਾਂ ਉਹਨਾਂ ਦੇ ਬੇਟੇ ਨੂੰ ਗਿਆਨ ਸਾਗਰ ਹਸਪੀਟਲ ਦੇ ਵਿੱਚ ਐਡਮਿਟ ਕਰਾਤਾ। ਕੁੱਲ ਮਿਲਾ ਕੇ 7 ਹੋਰ ਜਿਹੜੇ ਨਮੂਨੇ ਭੇਜੇ ਸੀ ਉਹਨਾਂ ਦੀ ਵੇਟ ਕੀਤੀ ਜਾ ਰਹੀ ਆ ਕਿ ਇਹ ਵੀ ਸਿਹਤ ਵਿਭਾਗ ਪ੍ਰਸ਼ਾਸਨ ਵੱਲੋਂ ਇਹ ਵੀ ਦੇਖਿਆ ਜਾ ਰਿਹਾ ਵਾ ਵੀ ਇਹ ਜਿਹੜਾ ਗੁਲਜ਼ਾਰ ਪੇਸ਼ੈਂਟ ਜਿਹੜਾ ਬਜ਼ੁਰਗ ਆ ਉਹਨਾਂ ਦੇ ਉਹ ਕਿਹਦੇ ਕਿਹਦੇ ਸੰਪਰਕ 'ਚ ਆਇਆ ਸੀਗਾ, ਹੋਰ ਕੌਣ ਕੌਣ ਨਾਲ ਸਨ। ਕੁੱਲ ਮਿਲਾ ਕੇ ਜਿਹੜਾ ਸੈਕਟਰ 68 ਆ ਬੜਾ VIP ਏਰੀਆ ਮੰਨਿਆ ਜਾਂਦਾ, ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਵਾ ਔਰ ਕਿਸੇ ਨੂੰ ਆਉਣ ਜਾਣ ਨਹੀਂ ਦਿੱਤਾ ਗਿਆ ਔਰ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਵਾ ਔਰ ਜਿਹੜੀ ਸਿਹਤ ਵਿਭਾਗ ਦੀਆਂ ਟੀਮਾਂ ਵਾ ਜਾਂ ਪੁਲਿਸ ਵਿਭਾਗ ਆ ਉਹ ਜਾ ਕੇ ਇਕੱਲੇ ਇਕੱਲੇ ਘਰ 'ਚ ਜਿਹੜੇ ਜਿਹੜੇ ਉਹਨਾਂ ਦੇ ਸੰਪਰਕ 'ਚ ਆਏ ਸੀ ਉਹਨਾਂ ਨੂੰ ਆਈਸੋਲੇਟ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ 7 ਰਿਪੋਰਟਾਂ ਵਾ ਹੋ ਸਕਦਾ ਸ਼ਾਮ ਤੱਕ ਆ ਜਾਣ, ਪਰ ਜਿਹੜੇ ਇਹ 16 ਮਾਮਲੇ ਆਏ ਨੇ ਮੋਹਾਲੀ ਦੇ ਵਿੱਚ ਉਹਦੇ ਹੜਕੰਪ ਮੱਚ ਗਿਆ ਵਾ ਔਰ ਬਾਕੀ ਸ਼ਾਮ ਨੂੰ ਵੀ ਗੁਰਜੋਤ ਰਿਪੋਰਟਾਂ ਆਉਣੀਆਂ ਵਾ ਔਰ ਸਭ ਅਰਦਾਸ ਕਰਨੇ ਰਿਪੋਰਟਾਂ ਠੀਕ ਹੀ ਆਉਣ। ਪਰ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ 29 ਸਾਲਾਂ ਯੁਵਕ ਜਿਹੜਾ ਵਾ ਇਹ ਤਬਲੀਗੀ ਜਮਾਤ ਚ ਭਾਗ ਲੈ ਨਹੀਂ ਗਿਆ ਸੀਗਾ, ਇਹਦੇ ਪਿਤਾ ਗਏ ਸੀਗੇ ਔਰ ਪਿਤਾ ਤੋਂ ਇਹਨਾਂ ਨੂੰ ਇਨਫੈਕਸ਼ਨ ਜੋ ਕਹਿ ਸਕਦੇ ਆ ਲਾਗ ਹੁੰਦੀ ਆ ਉਹ ਲੱਗੀ ਆ, ਵੀ ਇੱਥੋਂ ਦੀ ਇਹ ਮਤਲਬ ਸਾਬਤ ਹੁੰਦਾ ਵਾ ਵੀ ਇਹ ਜਿਹੜਾ ਵਾਇਰਸ ਆ ਕਿੰਨੇ ਆਸਾਨੀ ਨਾਲ ਅੱਗੇ ਸਪਰੈਡ ਹੁੰਦਾ ਵਾ ਕਿ ਫੈਲਦਾ ਵਾ। ਜਤਿੰਦਰ ਇੱਕ ਵਾਰ ਹਸਪਤਾਲਾਂ ਦੇ ਬਾਰੇ ਤੁਹਾਡੇ ਤੋਂ ਵੇਰਵਾ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਦੱਸ ਰਹੇ ਹੋ ਗਿਆਨ ਸਾਗਰ ਦੇ ਵਿੱਚ ਉਸ ਨੂੰ ਭਰਤੀ ਕਰਾਇਆ ਗਿਆ, ਜਿਹੜੇ ਮਰੀਜ਼ ਨੇ ਪੀੜਤ ਨੇ ਉਹਨਾਂ ਨੂੰ ਗਿਆਨ ਸਾਗਰ 'ਚ ਭਰਤੀ ਕਰਾਇਆ ਜਾ ਰਿਹਾ ਜਾਂ ਫਿਰ ਹਸਪਤਾਲ ਸਰਕਾਰੀ ਦੇ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਜਾਂ ਫਿਰ PGI ਦੇ ਵਿੱਚ ਭਰਤੀ ਨੇ, ਥੋੜਾ ਜਿਹਾ ਵਿਸਤਾਰ ਦੇ ਨਾਲ ਜਾਣਕਾਰੀ ਚਾਹਾਂਗੇ। ਮੈਂ ਦੱਸਦਾ ਗੁਰਜੋਤ ਹੁੰਦਾ ਕੀ ਆ ਕਿ ਜਿਹੜੇ ਚੰਡੀਗੜ੍ਹ ਦੇ ਪੇਸ਼ੈਂਟ ਆ ਉਹ ਚੰਡੀਗੜ੍ਹ ਦੇ ਵਿੱਚ ਕਰਵਾਏ ਜਾਂਦੇ ਨੇ ਐਡਮਿਟ ਔਰ ਜਦੋਂ ਵਰਕਲੋਡ ਜਦੋਂ ਇੱਕਦਮ ਜ਼ਿਆਦਾ ਹੋ ਗਿਆ ਕਿਉਂਕਿ ਵੈਂਟੀਲੇਟਰਾਂ ਦੀ ਵੀ ਲੋੜ ਪੈਂਦੀ ਆ ਇਹੋ ਜਿਹੇ ਪੇਸ਼ੈਂਟ ਵਾਸਤੇ, ਤਾਂ ਗਿਆਨ ਸਾਗਰ ਰਾਜਪੁਰਾ ਦੇ ਕੋਲ ਇੱਕ ਹੋਸਪਿਟਲ ਆ ਜਿਹੜਾ ਕਿ ਆਪਣਾ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਜਿਸ ਨੂੰ ਗੌਰਮੈਂਟ ਨੇ ਟੇਕ ਓਵਰ ਕੀਤਾ ਹੁਣ ਔਰ ਇਸ ਨੂੰ ਹੀ ਇੱਥੇ ਜਿਹੜੇ ਪੇਸ਼ੈਂਟ ਆ ਇੱਥੇ ਰੱਖੇ ਜਾ ਰਹੇ ਨੇ ਕਿਉਂਕਿ ਮੋਹਾਲੀ ਦੇ ਪੇਸ਼ੈਂਟ ਉੱਥੇ ਲਿਜਾਏ ਜਾਂਦੇ ਨੇ। ਗਿਆਨ ਸਾਗਰ ਬੜਾ ਵੱਡਾ ਹੋਸਪਿਟਲ ਆ ਜਿੱਥੇ ਪ੍ਰੋਪਰ ਪ੍ਰਬੰਧ ਹੈਗੇ ਨੇ ਹਰ ਤਰ੍ਹਾਂ ਦੇ ਔਰ ਬਾਕੀ ਜਿਹੜੇ ਚੰਡੀਗੜ੍ਹ ਦੇ ਪੇਸ਼ੈਂਟ ਆ ਉਹ ਚੰਡੀਗੜ੍ਹ ਭੇਜੇ ਜਾ ਰਹੇ ਨੇ। ਜੀ ਗੁਰਜੋਤ ਜੀ ਠੀਕ ਹੈ, ਹਸਪਤਾਲ ਜਿਹੜਾ ਕਾਫੀ ਬੜਾ ਹੈਗਾ ਉੱਥੇ ਟ੍ਰੀਟਮੈਂਟ ਹੋ ਸਕਦਾ ਬਹੁਤ ਬਾਖੂਬੀ ਔਰ ਫਿਲਹਾਲ ਵਾਕਈ ਜਿਸ ਤਰ੍ਹਾਂ ਦੇ ਨਾਲ ਦੱਸ ਰਹੇ ਰਿਪੋਰਟ ਹੋਰ ਆਉਣੀ ਹੈ ਅਤੇ ਗੁਜ਼ਾਰਿਸ਼ ਅਪੀਲ ਅਰਦਾਸ ਇਹੀ ਹੈ ਰੱਬ ਤੋਂ ਕਿ ਹੋਰ ਨੈਗੇਟਿਵ ਆ ਜਾਣ। ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਾਡੇ ਨਾਲ ਜੁੜਨ ਦੇ ਲਈ ਔਰ ਗੱਲਬਾਤ ਦੇ ਲਈ। ਸੋ ਕਿਸ ਤਰ੍ਹਾਂ ਦੇ ਹਾਲਾਤ ਨੇ